ਵੱਡੇ ਵੱਡੇ ਕੜਾਹੇ ਚਾਰਨੇ ਕਮਾਦ ਦੇ ਢੇਰ 'ਚ ਮੰਜੀ ਡਾਹ ਕੇ ਬੈਠਾ ਜੱਟ ਕਿਸੇ ਨਵਾਬ ਤੋਂ ਘੱਟ ਨਹੀਂ ਲੱਗਦਾ। ਇਸ ਸਵਾਦਲੇ ਗੁੜ ਨੂੰ ਬਣਾਉਣ ਦਾ ਅੰਦਾਜ਼ ਵੀ ਸਾਡੇ ਸੱਭਿਆਚਾਰ ਵਾਂਗ ਬੜਾ ਹੀ ਖਾਲਿਸ ਅਤੇ ਨਿਰਾਲਾ ਹੈ। ਭੱਠੇ ਉੱਤੇ ਵੱਡਾ ਕੜਾਹਾ ਚੜ੍ਹਾਇਆ ਜਾਂਦਾ ਹੈ, ਫਿਰ ਮੱਠੇ ਮੱਠੇ ਸੇਕ 'ਤੇ ਗੰਨੇ ਦੇ ਰਸ ਨੂੰ ਕਾੜਿਆ ਜਾਂਦਾ ਹੈ। ਸਰੋਂ ਦੇ ਤੇਲ ਅਤੇ ਮਿੱਠੇ ਸੋਡੇ ਨਾਲ ਗੁੜ ਦੇ ਰੂਪ 'ਤੇ ਨਿਖਾਰ ਦੀ ਬਹਾਰ ਲਿਆਈ ਜਾਂਦੀ ਹੈ। ਜਦੋਂ ਰਸ ਉੱਤੋਂ ਮੈਲ ਦਾ ਘੁੰਡ ਚੁੱਕਿਆ ਜਾਂਦਾ ਹੈ ਤਾਂ ਰਸ ਤੋਂ ਗੁੜ ਬਣ ਰਹੀ ਵਿਆਂਦੜ ਦੇ ਰੂਪ ਦੀ ਤਾਪ ਝੱਲੀ ਨਹੀਂ ਹੋ ਜਾਂਦੀ। ਗਾੜੀ ਲਾਰ ਨੂੰ ਕੜਾਹੇ 'ਚੋਂ ਗੰਢ ਵਿੱਚ ਪਾ ਕੇ ਠੰਡਾ ਹੋਣ ਮਗਰੋਂ ਭੇਲੀਆਂ ਬਣਾ ਲਈਆਂ ਜਾਂਦੀਆਂ ਨੇ। ਸੌਂਫ ਅਤੇ ਮੇਵਿਆਂ ਨਾਲ ਸ਼ਿੰਗਾਰਿਆ ਲਜ਼ੀਜ਼ ਗੁੜ ਸਾਨੂੰ ਨਿਉਤਾ ਦਿੰਦਾ ਹੈ ਆਪਣੀ ਮਿਠਾਸ ਚੱਖਣ ਲਈ। ਗੁੜ ਸਾਡੀ ਜ਼ੁਬਾਨ 'ਤੇ ਹੀ ਨਹੀਂ ਸਗੋਂ ਸੱਭਿਆਚਾਰ ਵਿੱਚ ਵੀ ਮਿਠਾਸ ਘੋਲਦਾ ਹੈ। ਸਾਡੇ ਲੋਕ ਗੀਤਾਂ ਸ਼ੁਭ ਕਾਰਜਾਂ ਵਿੱਚ ਗੁੜ ਦਾ ਸਵਾਦ ਚੱਖਣ ਦੀ ਬੜੀ ਖਾਸ ਪਰੰਪਰਾ ਹੈ। ਕੀ ਹੋਇਆ ਜੇ ਵੰਨ ਸਵੰਨੀ ਮਿਠਾਈਆਂ ਦੇ ਨਾਂ ਸਾਡੀ ਜ਼ੁਬਾਨ ਉੱਤੇ ਚੜ੍ਹ ਗਏ ਨੇ, ਪਰ ਗੁੜ ਸਭੇ ਮਿਠਾਈਆਂ ਦੀ ਮਿਠਾਸ ਫਿੱਕੀ ਕਰਨ ਵਿੱਚ ਅੱਜ ਵੀ ਕਿਸੇ ਨਾਲੋਂ ਪਿੱਛੇ ਨਹੀਂ।